ਆ ਡੱਬਾ ਕਾਹਦਾ ਚੱਕੀ ਆਉਂਦੇ ਜੀ ਤੁਸੀਂ? ਓਏ ਡੱਬੇ ਬਾਰੇ ਵੀ ਤੈਨੂੰ ਦੱਸਦਾ, ਅੱਜ ਤਾਂ ਮੈਂ ਬੜਾ ਖੁਸ਼ ਹਾਂ। ਅੱਛਾ ਕੀ ਗੱਲ? ਅੱਜ ਨਵਜੋਤ ਦੇ ਟੀਚਰ ਕਹਿੰਦੇ ਵੀ ਤੇਰੀ ਭੈਣ ਬਾਲੀ ਸ਼ਹਿਰ ਹੈ ਵੀ ਪੜ੍ਹ ਲਿਖ ਕੇ ਕੋਈ ਅਫਸਰ ਬਣੂਗੀ। ਚਲੋ ਚੰਗੀ ਗੱਲ ਹੈ, ਮੈਨੂੰ ਤਾਂ ਬਾਲੀ ਖੁਸ਼ੀ ਹੋਈ, ਇਸ ਦੀ ਖੁਸ਼ੀ ਦੇ ਲਈ ਮੈਂ ਇਹਨੂੰ ਫੋਨ ਲਿਆ ਕੇ ਦਿੱਤਾ। ਚਲੋ ਵਧੀਆ, ਆ ਵੀ ਕੰਮ ਨਾ ਚੰਗਾ ਹੀ ਕੀਤਾ ਤੁਸੀਂ, ਵਧੀਆ ਫੋਨ ਲਿਆ ਤਾਂ। ਵਿਚਾਰੀ ਨਾ ਫੋਨ ਕਰਨੋਂ ਵੀ ਔਖੀ ਹੁੰਦੀ ਸੀ। ਚਲ ਫੋਨ ਲਿਆ ਤਾਂ, ਹੁਣ ਫੋਨ 'ਚ ਇਹਨੂੰ ਚਲਾ ਕੇ ਉਹਨੂੰ ਸਾਰਾ ਕੁਝ ਦੇ ਦਿੱਤਾ ਮੈਂ ਤੇ ਉਹਨੂੰ ਫੋਨ ਕਰ ਲਿਆ ਕਰ, ਠੀਕ ਹੈ? ਠੀਕ ਹੈ ਜੀ। ਆ ਨੰਬਰ ਇਹਤੇ ਲਿਖਿਆ ਹੋਇਆ ਉਹਦਾ ਫੋਨ ਦਾ। ਅੱਛਾ ਵਿੱਚ, ਠੀਕ ਹੈ ਠੀਕ ਹੈ ਜੀ। ਉਦੋਂ ਲਾ ਲਿਆ ਕਰ, ਕਈ ਵਾਰ ਬੇੜਾ ਕਬੇੜਾ ਹੋਇਆ ਕਰੂਗਾ, ਉਹਨੂੰ ਚੜਾ ਲਿਆ ਕਰਾਂਗੇ। ਬਾਕੀ ਆਇਆ ਨਾ ਜੀ, ਰਾਹ ਆਪਣਾ ਸੁਣਨਾ, ਇਕੱਲੀ ਕੁੜੀ ਹੈ। ਚਲ ਇਕੱਲੀ ਕੁੜੀ ਨੂੰ ਹੁੰਦਾ ਤਾਂ ਕੁਛ ਨੀ, ਠੀਕ ਆ। ਕਈ ਵਾਰ ਹੁਣ ਲੇਟ ਹੋ ਜਾਂਦੇ, ਤੈਨੂੰ ਪਤਾ ਪੜ੍ਹਾਈ ਵਾਲੀ ਹੈ, ਕਈ ਵਾਰ ਤੈਨੂੰ ਪਤਾ ਕਲਾਸ ਲੇਟ ਹੋ ਜੇ, ਬੰਦਾ ਆਪਾਂ ਉੱਥੋਂ ਚੜਾ ਲਿਆ ਕਰਾਂ ਮੋਟਰਸਾਈਕਲ ਤੇ। ਠੀਕ ਹੈ ਜੀ। ਤੇ ਤੁਸੀਂ ਨਾ ਖੇਤ ਜਾ ਲਓ, ਤੇ ਬਾਪੂ ਜੀ ਮੈਨੂੰ ਕਹਿ ਕੇ ਗਏ ਆ, ਕਹਿੰਦਾ ਭਾਈ ਚਾਹ ਲੈਣ ਤਾਂ ਮੈਂ ਆ ਜੂੰ, ਤੇ ਹੈਪੀ ਨਾ ਪਾਣੀ ਦੇ ਕੈਂਪਰ ਲੈ ਕੇ ਆ ਜੇ। ਕੈਂਪਰ ਵਾਲੇ ਨੂੰ ਕਿਹਾ, ਉਹ ਕਹਿੰਦਾ ਮੈਂ ਖੇਤ ਹੀ ਲਾ ਜੂੰਗਾ ਕੈਂਪਰ, ਠੀਕ ਹੈ। ਤੇ ਚਾਹ ਮੈਂ ਲਾ ਜਾਣਾ, ਚਾਹ ਤੂੰ ਕਰ ਦੇ, ਬਾਪੂ ਦੀ ਕਰਨ ਪਕਾਈ ਕਰਾਂਗੀ। ਨਹੀਂ ਬਾਪੂ ਜੀ ਕਹਿੰਦੇ ਮੈਂ ਆਪ ਆ ਜੂੰਗਾ, ਨਾਲੇ ਰੋਟੀ ਖਾ ਜੂੰਗਾ। ਚਲ ਫਿਰ ਮੈਂ ਭੇਜ ਦੇਣਾ ਬਾਪੂ ਨਾਲ ਚਾਹ ਲੈ ਜੂੰਗਾ, ਨਾਲੇ ਰੋਟੀ ਖਾ, ਠੀਕ ਹੈ? ਠੀਕ ਹੈ ਜੀ। ਚੰਗਾ ਚੰਗਾ ਜੀ। ਜਾ ਤਾਂ ਚੰਗਾ ਹੀ ਕੀਤਾ, ਵਧੀਆ ਫੋਨ ਲਿਆ ਤਾਂ ਕੁੜੀ ਨੂੰ, ਔਖੀ ਹੁੰਦੀ ਸੀ ਜੀ। ਹੈਪੀ ਕਿਹੜਾ ਸਾਰਾ ਦਿਨ ਘਰੇ ਹੀ ਰਹਿੰਦਾ ਵੀਰੇ? ਅੱਜ ਤੁਹਾਨੂੰ ਨਾ ਮੈਂ ਇੱਕ ਖੁਸ਼ਖਬਰੀ ਦੇਣੀ ਹੈ। ਕੀ ਖੁਸ਼ਖਬਰੀ? ਸਿੰਪਲ ਸੋਚੋ ਕੀ ਹੋ ਸਕਦੀ ਹੈ। ਹੋ ਸਕਦਾ ਹੈ ਮੇਰਾ ਟੈਸਟ ਕਲੀਅਰ ਹੋ ਗਿਆ। ਸੱਚੀ ਬਣੇ? ਹਾਂ, ਜੁਆਇਨਿੰਗ ਲੈਟਰ ਆਉਣ ਵਾਲਾ ਬਸ। ਠੀਕ ਹੈ, ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ। ਵੀਰੇ ਐਤਕੀ ਨਾ ਨਾਲੇ ਲੱਕੜੀ ਵੀ ਆਉਣ ਵਾਲੀ ਆ, ਤੇ ਸੁਨਿਆਰ ਨੂੰ ਕਹਿ ਕੇ ਰੱਖਿਓ, ਮੈਂ ਐਤਕੀ ਪਹਿਲੀ ਤਨਖਾਹ ਤੁਹਾਡੇ ਸੋਨੇ ਦੀ ਲੱਕੜੀ ਬੰਨਣੀ ਹੈ। ਕੋਈ ਨਾ, ਪਹਿਲੇ ਸੋਨੇ ਦੀ ਬੰਨਤੀ। ਚਲ ਮੈਨੂੰ ਤਾਂ ਇੰਨੀ ਖੁਸ਼ੀ ਹੈ ਵੀ ਤੂੰ ਨੌਕਰੀ ਤੇ ਲੱਗ ਗਈ। ਹਾਂ ਵੀਰੇ। ਚਲ ਤੇਰੀ ਮਿਹਨਤ ਭੱਲੇ ਪਈ ਹੈ, ਤੂੰ ਪੜ੍ਹਦੀ ਬਥੇਰੀ ਸੀ, ਬਾਕੀ ਲੋਕ ਕਹਿੰਦੇ ਸੀ ਠੀਕ ਹੈ ਵੀ ਤੇਰੀ ਭੈਣ ਕੁਛ ਨਾ ਕੁਛ ਬਣ ਜੂਗੀ। ਹੁਣ ਮੈਨੂੰ ਪੂਰੀ ਆਸ ਹੋ ਗਈ ਮੇਰੀ ਭੈਣ ਨੌਕਰੀ ਤੇ ਲੱਗ ਗਈ, ਹੁਣ ਮੈਂ ਲੋਕਾਂ ਨੂੰ ਕੁਛ ਕਹਿਣ ਨਹੀਂ ਜੋਗਰਾ ਹੋ ਗਿਆ ਵੀ ਮੇਰੀ ਭੈਣ ਵੀ ਨੌਕਰੀ ਤੇ ਲੱਗ ਗਈ। ਹਾਂ ਵੀਰੇ, ਟੈਨਸ਼ਨ ਨਾ ਲੈ, ਹੁਣ ਮੈਂ ਤੇਰੇ ਨਾਲ ਖੜੀ ਹਾਂ। ਕੋਈ ਨਾ ਭੈਣ, ਚੱਲ ਵਧੀਆ ਹੋ ਗਿਆ, ਤਾਂ ਪਰਮਾਤਮਾ ਚੰਗੀ ਗੱਲ ਸੁਣ ਲਈ ਆਪਣੀ। ਭਾਬੀ? ਭਾਬੀ ਇੱਥੇ ਵੱਡੀ ਹੋ ਗਈ, ਬੋਲ ਮਾਰ ਦੇਣਾ ਉਹਨੂੰ ਵੀ, ਦੱਸ ਦੇਣਾ। ਚੱਲ ਨਹੀਂ ਮੈਂ ਭੇਜ ਦੇਣਾ ਤੇਰੇ ਕੋਲ। ਹਾਂ ਚੱਲ ਕੋਈ ਨਹੀਂ, ਠੀਕ ਹੈ। ਮੈਂ ਪਾਣੀ ਤਾਂ ਨਹੀਂ ਚਾਹਤਾ ਨਹੀਂ। ਹਾਂ ਹਾਂ, ਚੱਲ ਇਹ ਤਾਂ ਵਧੀਆ ਗੱਲ ਸੁਣਾਤੀ ਭਾਈ। ਠੀਕ ਹੈ ਵੀਰੇ। ਸ਼ੁਕਰ ਆ ਅੱਜ ਤਾਂ ਵੀਰਾ ਵੀ ਨਹੀਂ ਆਇਆ ਛੱਡਣ, ਤੇ ਉਹਨੇ ਵੀ ਆਉਣਾ ਸੀ ਯਾਰ, ਆਇਆ ਕਿਉਂ ਨਹੀਂ, ਲੇਟ ਹੋ ਗਿਆ। ਫੋਨ ਕਰਕੇ ਦੇਖਦੀ ਹਾਂ। ਹੈਲੋ, ਹਾਂਜੀ ਕਿੱਥੇ ਹੋ? ਮੈਂ ਤਾਂ ਘਰੋਂ ਨਿਕਲੀ ਹਾਂ ਹੁਣੇ, ਤੁਸੀਂ ਕਿੱਥੇ ਹੋ? ਅੱਛਾ ਮੋੜ 'ਤੇ ਹੋ, ਚਲੋ ਮੈਂ ਆ ਗਈ ਫਿਰ। ਠੀਕ ਹੈ ਠੀਕ ਹੈ, ਚੱਲ ਜਾਵਾਂ। ਲੈ ਇਹ ਵੀ ਨੀ ਕਿਤੇ ਨੇੜੇ ਤੇੜੇ ਦੀ ਨਾ, ਕਿੰਨਾ ਟਾਈਮ ਹੋ ਗਿਆ ਫੋਨ ਕਰੇ ਨੂੰ, ਦੱਸ ਹੁਣ ਇੱਥੇ ਮੋੜਾਂ ਤੇ ਖੜਦੀ ਫਿਰ ਹੁਣ। ਲੈ ਹੁਣ ਆਇਆ, ਕਿੰਨਾ ਟਾਈਮ ਹੋ ਗਿਆ ਮੈਨੂੰ? ਓਏ ਥੋੜਾ ਜਿਹਾ ਲੇਟ ਹੋ ਗਿਆ, ਕੰਮ ਹੋ ਗਿਆ ਸੀ ਮੈਨੂੰ ਘਰੇ। ਕਦੋਂ ਦਾ ਤਾਂ ਫੋਨ ਕਰਿਆ ਮੈਂ? ਚੱਲ ਕੋਈ ਨਾ ਹੁਣ ਤਾਂ ਆ ਗਿਆ, ਚੱਲ ਚੱਲੀਏ। ਚਲੋ ਹਾਂ ਯਾਰ, ਨਵਜੋਤ ਲੱਗਦੀ ਹੈ ਤੁਹਾਡੀ, ਨਵਜੋਤ ਹੀ ਹੈ ਯਾਰ, ਇਹ ਕਿਸੇ ਨਾਲ ਬੈਠੀ ਜਾਂਦੀ ਆ। ਹੈਪੀ ਬਾਈ ਨਾਲ ਜਾ ਕੇ ਗੱਲ ਕਰਦਾ ਮੈਂ, ਖੇਤ ਹੀ ਹੋਣਾ ਬਾਈ, ਚੱਲਦਾ ਖੇਤ। ਅੱਜ ਤਾਂ ਨਾ ਹੋਰ ਹੀ ਪੰਗਾ ਪੈ ਗਿਆ, ਇੰਦਰ ਨੇ ਦੇਖ ਲਿਆ, ਵੀਰੇ ਨੂੰ ਦੱਸ ਵੀ ਨਾ ਦੇਵੇ। ਸਾਨੂੰ ਮੈਂ ਕਿਹੜਾ ਵੈਸੇ ਕੋਈ ਗਲਤ ਕੰਮ ਕੀਤਾ, ਅਸੀਂ ਇੱਕ ਦੂਜੇ ਨੂੰ ਜਾਣਦੇ ਆ, ਪੜ੍ਹਦੇ ਆ ਇਕੱਠੇ, ਫਿਰ ਕੀ ਹੋ ਗਿਆ ਜੇ ਲਿਫਟ ਲੈ ਲਈ।
ਹੁਣ ਤਾਂ ਵੀਰੇ ਨੂੰ ਮੈਂ ਸਮਝਾ ਦੂੰ ਕੋਈ ਨਾ, ਚੱਲ ਦੇਖਦੇ ਆ ਕੀ ਬਣਦਾ। ਹੈਪੀ ਬਾਈ ਓਏ ਆਇਆ ਬਾਈ ਓਏ ਬਾਈ ਕੀ ਹਾਲ ਨੇ? ਵਧੀਆ ਠੀਕ ਠਾਕ ਬਾਈ, ਸਾਰਾ ਦਿਨ ਕੰਮ ਕਰਦਾ ਰਹਿਣਾ, ਹੋਰ ਕੰਮ ਤੋਂ ਬਿਨਾਂ ਕੁਝ ਬਣਦੇ ਨਹੀਂ ਤੈਨੂੰ ਪਤਾ ਬਾਈ ਯਾਰ। ਗੱਲਾਂ ਬਾਤਾਂ 'ਚ ਵੀ ਥੋੜਾ ਜਿਹਾ ਧਿਆਨ ਰੱਖਿਆ ਕਰ ਮਾੜਾ ਜਿਹਾ, ਕੀ ਪਿੰਡ 'ਚ ਕੀ ਹੋਈ ਜਾਂਦਾ ਕੀ ਨਾ। ਉਹ ਪਿੰਡ ਤੋਂ ਆਪਾਂ ਕੀ ਲੈਣਾ ਯਾਰ, ਆਪਾਂ ਆਪਦੇ ਘਰੇ ਸੌਖੇ ਆ ਬਈ। ਯਾਰ ਇੱਕ ਗੱਲ ਕਰਨੀ ਸੀ ਤੇਰੇ ਨਾਲ। ਕੀ ਗੱਲ ਕਰਨੀ ਸੀ ਬਈ ਯਾਰ ਦੱਸ? ਕੱਲ ਕਰਨ ਵਾਲੀ ਵੀ ਆ ਤੇ ਡਰ ਜਾ ਲੱਗਦਾ ਬਈ ਯਾਰ। ਡਰ ਵਾਲੀ ਕੀ ਗੱਲ ਹੈ ਯਾਰ, ਜਿਹੜੀ ਕੋਈ ਗੱਲ ਹੈਗੀ ਤੂੰ ਖੁੱਲ੍ਹ ਕੇ ਦੱਸ ਮੈਨੂੰ ਬਈ। ਯਾਰ ਆਪਣੀ ਨਵਜੋਤ ਨਹੀਂ ਹੈਗੀ। ਨਵਜੋਤ ਕਿਵੇਂ? ਛੱਡ ਯਾਰ ਬਾਈ, ਕੋਈ ਗੱਲ ਨਹੀਂ, ਆਪਾਂ ਫਿਰ ਕਦੇ ਕਰਾਂਗੇ ਗੱਲ। ਤੂੰ ਗੱਲ ਦੱਸ ਨਵਜੋਤ ਉਹਦੇ ਬਾਰੇ ਕੀ ਕਹਿਣਾ ਤੂੰ? ਯਾਰ ਨਵਜੋਤ ਨਾ ਬਈ ਯਾਰ ਕਿਸੇ ਮੁੰਡੇ ਨਾਲ ਮੋਟਰਸਾਈਕਲ ਤੇ ਚੜ੍ਹਦੀ ਦੇਖੀ ਯਾਰ ਮੈਂ, ਜਾਂਦੀ ਦੇਖੀ ਆ। ਖਤਾ ਨਹੀਂ ਫੁੱਟੀਆਂ? ਨਾ ਨਾ ਬਈ ਯਾਰ, ਨਵਜੋਤ ਨਹੀਂ ਹੋਣੀ, ਕੋਈ ਹੋਰ ਕੁੜੀ ਹੋਊਗੀ ਉਹ। ਨਾ ਬਈ, ਮੈਂ ਆਪਦੀ ਅੱਖਾਂ ਨਾਲ ਦੇਖਿਆ ਯਾਰ। ਉਹ ਮੇਰੀ ਭੈਣ ਇਹੋ ਜਿਹੀ ਹੋ ਹੀ ਨਹੀਂ ਸਕਦੀ ਯਾਰ। ਬਈ ਅੰਨਾ ਵਿਸ਼ਵਾਸ ਵੀ ਨਹੀਂ ਕਰੀਦਾ ਹੁੰਦਾ ਕਿਸੇ ਤੇ। ਉਹ ਯਾਰ ਤੂੰ ਬੋਲਦਾ ਕੀ ਹੋ ਬਈ? ਯਾਰ ਮੈਂ ਤਾਂ ਆਪਣੀ ਦੋਸਤੀ ਦਾ। ਕਾਹਦੀ ਦੋਸਤੀ ਆ, ਤੈਨੂੰ ਇਹ ਨਹੀਂ ਪਤਾ ਲੱਗਾ? ਬਈ ਯਾਰ ਬੋਲਦਾ ਤੇਰੀ ਭੈਣ ਆ ਤਾਂ ਮੇਰੀ ਵੀ ਭੈਣ ਆ ਯਾਰ। ਪਰ ਤੈਨੂੰ ਅਕਲ ਨਹੀਂ ਯਾਰ, ਤੂੰ ਇਹ ਬੋਲਦਾ ਕੁਛ? ਨਵਜੋਤ ਤੋਂ ਪੁੱਛ ਘਰੇ ਜਾ ਕੇ ਬਈ ਯਾਰ, ਉਹ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਕਿਸੇ ਨਾਲ ਯਾਰ। ਉਹ ਬਾਈ ਯਾਰ ਤੂੰ ਇਹੋ ਜਿਹੀਆਂ ਗੱਲਾਂ ਕਰਾਇਆ ਕਰਿਆ ਕਰ ਯਾਰ। ਬਾਈ ਯਾਰ ਜੇ ਮੈਂ ਆਪਦੀ ਭੈਣ ਮੰਨਦਾ ਨਵਜੋਤ ਨੂੰ ਤਾਂ ਹੀ ਆ ਕੁਛ ਤੈਨੂੰ ਦੱਸ ਰਿਹਾ ਯਾਰ। ਓਏ ਬਾਈ ਤੂੰ ਮੇਰੀ ਅੱਖਾਂ ਤੋਂ ਦੂਰ ਹੋ ਜਾ ਬਾਈ। ਕੱਲ ਨੂੰ ਤੈਨੂੰ ਹੋਰ ਕੋਈ ਆ ਕੇ ਦੱਸੂ ਫਿਰ ਤੈਨੂੰ ਦੁੱਖ ਲੱਗੂਗਾ ਕਿ ਨਹੀਂ ਲੱਗੂਗਾ? ਓ ਬਾਈ ਮੈਨੂੰ ਦੁੱਖ ਲੱਗੇ ਨਾ ਲੱਗੇ ਗੱਲ ਕਰ, ਤੂੰ ਇਹ ਗੱਲਾਂ ਮੈਨੂੰ ਵਾਲੀਆਂ ਭਾੜੀਆਂ ਲੱਗਦੀਆਂ ਤਾਂ ਮੈਂ ਤੇਰਾ ਗੱਲ ਵੜ ਦੂੰਗਾ ਯਾਰ ਬਾਈ, ਮਣ ਕੇ ਮੇਰੀ ਨਜ਼ਰ ਨੂੰ ਪਰਾਂ ਹੋ ਜਾ। ਬਾਈ ਤੂੰ ਮੇਰਾ ਯਾਰ ਆ, ਤੈਨੂੰ ਭਾਈ ਮੰਨਿਆ, ਨਵਜੋਤ ਨੂੰ ਭੈਣ ਮੰਨਿਆ ਮੈਂ। ਮੈਨੂੰ ਵੀ ਓਨਾ ਦੁੱਖ ਆ ਜਿੰਨਾ ਤੈਨੂੰ ਦੁੱਖ ਆ, ਮੈਂ ਤੇਰੇ ਕੋਲੇ ਤਾਂ ਹੀ ਬੈਠ ਕੇ ਗੱਲ ਕਰਨ ਆਇਆਗਾ। ਮੈਂ ਬਾਈ ਇਹ ਗੱਲ ਤੇ ਵਿਸ਼ਵਾਸ ਕਰ ਹੀ ਨਹੀਂ ਸਕਦਾ ਯਾਰ। ਬਾਈ ਯਾਰ ਵਿਸ਼ਵਾਸ ਤਾਂ ਮੈਨੂੰ ਵੀ ਨਹੀਂ ਹੋਇਆ ਜਦੋਂ ਮੋਟਰਸਾਈਕਲ ਤੇ ਚੜ੍ਹਦੀ ਮੈਂ ਦੇਖੀ ਆ, ਆਪਦੇ ਅੱਖੀਂ ਦੇਖੀ ਆ ਮੈਂ। ਬਾਈ ਯਾਰ ਤੂੰ ਭੱਗ ਜਾ ਹੁਣ ਮੇਰਾ ਘਰੇ। ਬਾਈ ਗੱਲ ਕਰੀ ਇੱਕ ਵਾਰ ਬਾਈ ਮਣੇ, ਤੂੰ ਮੇਰਾ ਭਾਈ ਆ, ਨਵਜੋਤ ਮੇਰੀ ਭੈਣ ਆ, ਇੱਕ ਵਾਰ ਘਰੇ ਬਿਠਾ ਕੇ ਗੱਲ ਕਰੀ ਪਿਆਰ ਨਾਲ, ਉਹਨੂੰ ਪੁੱਛੀ ਸਾਰਾ ਕੁਛ। ਕੋਈ ਨਾ ਬਾਈ, ਹਾਂ ਠੀਕ ਆ ਬਾਈ, ਹਨਾ ਧਿਆਨ ਰੱਖੀ ਬਾਈ ਮਣੇ, ਗੁੱਸਾ ਨਾ ਕਰੀ, ਇੱਕ ਵਾਰ ਪਿਆਰ ਨਾਲ ਪੁੱਛ ਲਈ ਬਾਈ ਮਣੇ। ਕੋਈ ਨਾ ਕੋਈ ਨਾ, ਠੀਕ ਆ ਬਾਈ। ਮੇਰਾ ਮਨ ਨੀ ਕਹਿੰਦਾ ਯਾਰ, ਮੇਰੀ ਭੈਣ ਇਹੋ ਜਿਹੀ ਹੋਊਗੀ, ਇਹਨੂੰ ਭੁਲੇਖਾ ਪਿਆ ਹੋਊਗਾ, ਉਹ ਮਰੀ ਜਾਂਦਾ ਆਪਦੀਆਂ ਯਾਰ, ਉਹ ਦੂਰੋਂ ਵੇ ਭੁਲੇਖਾ ਵੀ ਪੈ ਜਾਂਦਾ, ਅੱਖੀਂ ਦੇਖੇ ਤੇ ਕੰਨੀ ਸੁਣੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਸੇ ਦਾ। ਜਿੰਨੇ ਤੱਕ ਮੈਂ ਅੱਖੀਂ ਨਹੀਂ ਦੇਖਦਾ, ਉਨੇ ਤੱਕ ਮੈਂ ਕਿਸੇ 'ਤੇ ਵਿਸ਼ਵਾਸ ਨਹੀਂ ਕਰ ਸਕਦਾ, ਕਿਉਂਕਿ ਮੇਰੀ ਭੈਣ ਗਲਤ ਨਹੀਂ ਹੋ ਸਕਦੀ। ਲੋਕਾਂ ਦੇ ਇੰਨੇ ਆਸਾ ਮੈਨੂੰ, ਇੰਨੇ ਲੋਕ ਕਹਿੰਦੇ ਵੀ ਤੇਰੀ ਭੈਣ ਇੰਨੀ ਹੁਸ਼ਿਆਰ ਹੈ ਵੀ ਪੜ੍ਹ ਲਿਖ ਕੇ ਕੋਈ ਅਫਸਰ ਲੱਗੂਗੀ, ਮੇਰੀ ਭੈਣ ਐਡੀ ਵੱਡੀ ਗਲਤੀ ਨਹੀਂ ਕਰ ਸਕਦੀ। ਇਹਨੂੰ ਭੁਲੇਖਾ ਲੱਗਿਆ, ਹੁਣ ਚੱਲ ਮੈਂ ਕੁੜੀ ਨੂੰ ਪੁੱਛ ਲੂੰ, ਅੱਜ ਗੱਲੀ ਬਾਤੀ ਪੁੱਛ ਲੂੰ, ਹੁਣ ਸਿੱਧੇ ਮੱਥੇ ਨਹੀਂ ਪੁੱਛਦਾ ਉਹਨੂੰ, ਗੱਲੀ ਬਾਤੀ ਦੇਖਦਾ ਮੈਂ ਪੁੱਛ ਕੇ ਜੇ ਕੋਈ ਗੱਲ ਬਣੂਗੀ। ਚੁੱਚੀ ਬੋਲੀ ਜਾਂਦਾ ਸੀ, ਜਾਂਦੇ ਭੱਜਿਆ ਘਰ ਕਨੀ। ਬਾਪੂ ਮੈਂ ਤਾਂ ਘਰੇ ਜਾਂਦਾ ਯਾਰ। ਕਦੋਂ ਆਈ? ਹੁਣ ਤਾਂ ਤੂੰ ਆਏਗਾ। ਮੇਰਾ ਨੀ ਜੀ ਲੱਗਦਾ ਯਾਰ ਬਾਪੂ ਅੱਜ ਫੇਰ ਤਾਂ। ਕੋਈ ਕੰਮ ਕੀ ਗੱਲ ਵੀ ਦੱਸ ਕੋਈ, ਜੇ ਜੋਤ ਆ ਗਈ ਸੀ ਨਹੀਂ ਅੱਜ ਮੈਂ। ਜੋਤ ਤਾਂ ਨਹੀਂ ਆਈ ਸੀ ਘਰੇ ਹਜੇ। ਫੇਰ ਕੀ ਗੱਲ? ਇੰਦਰ ਪੁੱਠਾ ਬੋਲਦਾ ਸੀ ਜੋਤ ਬਾਰੇ। ਕੀ ਬੋਲਦਾ ਜੀ? ਉਹ ਤੈਨੂੰ ਕੀ ਦੱਸਾਂ ਹੁਣ ਬਾਪੂ ਯਾਰ। ਪੁੱਠਾ ਉਹਦਾ ਦਿਮਾਗ ਤਾਂ ਨਹੀਂ ਲਿਆ ਕੋਈ ਗੱਲ ਦਾ, ਸੋਚ ਕੀ ਕਰਦਾ ਹੋਊ, ਉਹ ਤਾਂ ਮਾੜੀ ਮੋਟੀ ਗੱਲ ਸੁਣਨੀ ਵੀ ਚਾਹੀਦੀ ਬੰਦੇ ਦੀ, ਵੀ ਕੀ ਕਹਿੰਦਾ ਕੀ ਕਹਾਉਂਦਾ। ਉਹ ਕੀ ਸੁਣਾ ਯਾਰ, ਉਹ ਕਹਿੰਦਾ ਤੁਹਾਡੀ ਜੋਤ ਕਹਿੰਦਾ ਕਿਸੇ ਮੁੰਡੇ ਨਾਲ ਚੜ੍ਹੀ ਜਾਂਦੀ ਸੀ। ਫਿਰ ਤੂੰ ਜੋ ਟਿਕਿਆ ਨਾ, ਲੜਨ ਵਾਲੀ ਗੱਲ ਨਹੀਂ ਹੁੰਦੀ ਇਹਦੇ ਵਿੱਚ। ਚੱਲ ਉਹਨੇ ਕਹਿਤਾ, ਤੂੰ ਸੋਚਦਾ ਬਹਿ ਜਾ, ਕੋਈ ਬਾਈ ਮੈਂ ਪੁੱਛੂਗਾ ਪਤਾ ਲੈਣਾ ਮੈਂ ਗੱਲ, ਐਂ ਵਿੜਕ ਲੈ ਜਾਂਦਾ, ਰੋਲਾ ਥੋੜਾ ਪੈਂਦਾ ਮੈਂ। ਅੱਜ ਉਹਦੇ ਨਾਲ ਰੋਲਾ ਪੈਂਦਾ, ਕੱਲ੍ਹ ਨੂੰ ਤਾਂ ਜਵਾਬ ਦਾ ਜਵਾਬ ਸੀਗਾ, ਬੰਦਾ ਤੇਰੇ ਨਾਲ ਮਿਲਦਾ ਜੁਲਦਾ ਤਾਂ ਦੱਸੀ ਗੱਲ ਹੈ।
ਹੁਣ ਵਾਲਾ ਕਿਉਂ ਗੱਲ ਕਰਦਾ, ਕੋਈ ਇਹੋ ਜਿਹੀ ਗੱਲ ਹੁੰਦੀ ਵੀ ਨਹੀਂ, ਕਈ ਵਾਰ ਕੀ ਪਤਾ ਕਿਹੋ ਜਿਹੀਆਂ ਗੱਲ ਆਉਂਦੀਆਂ, ਮਾੜਾ ਮਾੜਾ ਦਿਮਾਗ ਲੜਾਈ ਦਾ ਹੁੰਦਾ, ਫਿਰ ਲੜਦਾ ਤਾਂ ਨਹੀਂ ਹੁੰਦਾ ਬਾਪੂ, ਆਪਣੀ ਨਜ਼ਰ ਤਾਂ ਇਹੋ ਜਿਹੀ ਹੈ ਹੀ ਨਹੀਂ, ਉਹੋ ਜਿਹੀ ਕਿਵੇਂ ਗੱਲ ਹੋ ਜੂ ਕੋਈ? ਉਹ ਚੱਲ ਨਹੀਂ ਇਹੋ ਜਿਹੀ ਤਾਂ ਵੀ ਪੁੱਛੀਏ ਤਾਂ ਹੁੰਦਾ, ਕੁਦਰਤ ਉਹਦੀ ਬੱਸ ਲੰਘਦੀ ਹੋਵੇ ਕਿਸੇ ਨਾਲ ਸਮਾਈ ਕੇ ਚੜੀ ਹੋਵੇ, ਕੋਈ ਗੱਲ ਇਹੋ ਜਿਹੀ ਹੋਵੇ ਕੋਈ ਗੱਲ, ਕੀ ਪਤਾ ਹੁੰਦਾ, ਗੱਲ ਨਹੀਂ ਨਾ ਪਹਿਲਾਂ ਪੈ ਜਾਂਦਾ, ਪਹਿਲਾਂ ਗੱਲ ਦਾ ਨਤੀਜਾ ਕੱਢੀ ਹੁੰਦਾ, ਸਾਰੀ ਗੱਲ ਦਾ ਪਤਾ ਲਈਦਾ ਹੁੰਦਾ। ਸੁਣੋ ਅਸੀਂ ਤਾਂ ਚਲੋ ਘੱਟ ਆ ਨਾ, ਦਿਮਾਗ ਛੋਟਾ ਹੋ ਕਿਵੇਂ ਹੁੰਦਾ, ਆਏ ਦਿਮਾਗ ਛੋਟਾ ਹੁੰਦਾ, ਹੋਰ ਦਿਮਾਗ ਛੋਟੇ ਤਾਂ ਕੋਈ ਲਿਖ ਕੇ ਤਾਂ ਨਹੀਂ ਲੱਗਿਆ ਹੁੰਦਾ, ਦਿਮਾਗ ਛੋਟਾ ਆ ਗੱਲਾਂ ਤਾਂ ਦਿਮਾਗ ਛੋਟਾ ਹੁੰਦਾ ਹੈਗਾ। ਚੱਲ ਜਿੱਦਾਂ ਹੈਗਾ ਮੇਰਾ ਦਿਮਾਗ, ਮੈਂ ਉਹਨਾਂ ਕੰਮ ਕਰ ਲਿਆ, ਤੂੰ ਆਪ ਗੀਸੇ ਤੋਂ ਵੱਟਾਂ ਪਿਛਾਈ, ਮੈਂ ਤਾਂ ਘਰੇ ਜਾਣਾ, ਘਰੇ ਜਾਣਾ ਗੀਸੇ ਤੋਂ ਬਰਾੜੀ ਵੱਟਾਂ। ਮਾੜਾ ਮੋਟਾ ਸੋਚੋ, ਜੇ ਕੋਈ ਗੱਲ ਕਹਿੰਦਾ ਸੁਣਾਉਂਦਾ ਉਹਨੂੰ ਗੱਲ ਨੂੰ ਪਤਾ ਲਓ, ਬਿਲਕ ਲਓ, ਫਿਰ ਵਾਲੇ ਗੱਲ ਪੋ ਗੱਲ ਸੁਣੋ। ਮਾੜਾ ਮੋਟਾ ਜੇ ਕਹਿੰਦਾ ਨਾ ਜਵਾਕ ਨੇ ਵੀ ਹੋ ਸਕਦਾ ਆਪਣਾ ਕੋਈ ਬੱਸ ਲੰਘੀ ਹੋਵੇ ਤਾਂ ਚਲੀ ਹੋਈ, ਜਾਂ ਕੋਈ ਗੱਲ ਹੋਵੇ ਉਹਦੀ ਵਿਕਦਾ ਨਹੀਂ ਤੇਰੇ ਸਾਰੇ ਨਾ, ਰੌਲਾ ਬਣਦਾ ਨੀ ਤੇਰੇ ਸਾਰੇ, ਮੋਟੇ ਦਿਮਾਗ ਦੀ ਫਿਰ ਕਹਿੰਦੇ ਸਾਨੂੰ, ਐਂ ਕਹਿੰਦੇ ਮੋਟੇ ਦਿਮਾਗ, ਐਂ ਮੋਟੇ ਦਿਮਾਗ ਨੂੰ ਮੋਟੇ ਦਿਮਾਗ ਕਦੇ ਕੋਈ ਲਿਖਿਆ? ਚਾਹ ਪਾਤੀ? ਹਾਂ ਜੋ ਪਾਈ ਗਈ? ਆਈ ਨੀ ਜੀ। ਉਹ ਇੰਨਾ ਕੁ ਵੇਲਾ ਹੋ ਗਿਆ, ਮੈਂ ਤਾਂ ਆਪ ਅੱਗੇ ਡਿੱਕੀ ਜਾਂਦੀ ਹਾਂ ਬਾਪੂ ਜੀ, ਅੱਗੇ ਤਾਂ ਟਾਈਮ ਨਾਲ ਹੀ ਆ ਜਾਂਦੀ, ਅੱਜ ਲੇਟ ਹੀ ਵਾਲੀ ਹੋ ਗਈ, ਬਾਕੀ ਤੁਹਾਨੂੰ ਪਤਾ ਹੀ ਅੱਜ ਕੱਲ ਟਾਈਮ ਕਿਹੇ ਜਿਹਾ, ਹੋਰ ਲੋਟ ਨਾ ਕਮਾ, ਮੈਂ ਖੇਤ ਚਾਹ ਫੜਾਉਣ ਜਾਣਾ ਸੀਗਾ। ਚਾਹ ਫੜਾਇਆ ਹੋ ਜੀ, ਮੈਂ ਫੋਨ ਕਰ ਲੈਣੀ ਆ ਜੀ, ਜੋ ਫੋਨ ਕਰਕੇ ਪੁੱਛ ਫਿਰ ਨਾ, ਕਈ ਵਾਰੀ ਕੋਈ ਬੱਸ ਬੁੱਸ ਲੰਘ ਜਾਂਦੀ ਹੁੰਦੀ ਹੈ, ਕਈ ਵਾਰ ਹੋ ਜਾਂਦਾ। ਠੀਕ ਹੈ ਜੀ, ਮੈਂ ਫਿਰ ਹੈਪੀ ਨੂੰ ਕਹਿ ਦੂੰ ਹੈਪੀ, ਆਪੇ ਭੱਜ ਕੇ ਚੜਾ ਜਾਊਗਾ ਮੋਟੇ ਹੈਪੀ ਨੂੰ ਲੈ ਕੇ, ਉਹ ਖੁਰ ਕੇ ਅੱਬਾ ਤੁਹਾਨੂੰ ਕਹਿ ਵੀ ਤੂੰ ਉਹ ਕਰਿਆ ਕਰੋ, ਫੋਨ ਕਰਿਆ ਜਿਵੇਂ ਕਿ ਵੇਲਾ ਹੋਵੇ ਮਾੜਾ ਜਿਹਾ। ਪਾਣੀ ਜਾ ਪੀ ਲਾ, ਕੁੜੀ ਜੀ ਹਜੇ ਨਹੀਂ ਆਈ, ਕਿੰਨੇ ਵਾਰੀ ਫੋਨ ਕੀਤਾ ਨਾ ਫੋਨ ਚੱਕਦੀ ਹੈ। ਆ ਗਈ, ਫੋਨ ਤਾਂ ਚੱਕ ਲਿਆ ਕਰ, ਫੋਨ ਲਾਇਆ ਸੀ, ਲੈ ਵੇਖ ਕਿੰਨੀਆਂ ਮਿਸ ਕਾਲ ਆਈਆਂ। ਓਹੋ, ਫੋਨ ਤਾਂ ਸਾਇਲੈਂਟ ਸੀ, ਫਿਰ ਪਤਾ ਨਹੀਂ ਲੱਗੀ। ਤੇ ਤੇਰਾ ਮੂੰਹ ਜਿਹਾ ਉਤਰ ਪਿਆ, ਕੀ ਗੱਲ ਹੋ ਗਈ? ਭਾਬੀ ਗੱਲ ਤਾਂ ਹੋਈ ਵੀ ਆ ਤੇ ਹੋਈ ਵੀ ਕੋਈ ਨੀ। ਕਿਉਂ ਇਹ ਜੀ ਕੀ ਗੱਲ ਹੋ ਗਈ? ਗੱਲ ਹੁਣ ਕੀ ਦੱਸਾਂ ਤੈਨੂੰ ਮੈਂ, ਨਾ ਮੈਨੂੰ ਨੀ ਦੱਸੇਗੀ, ਹੋਰ ਕਿਹਨੂੰ ਦੱਸੇਗੀ? ਬਾਪੂ ਜੀ ਨੂੰ ਤੂੰ ਗੱਲ ਖੁੱਲ ਕੇ ਨੀ ਦੱਸਦੀ, ਜੇ ਮਾਂ ਹੁੰਦੀ ਅਗਲਾ ਮਾਂ ਕੋਲੇ ਗੱਲ ਕਰਦਾ ਹੁੰਦਾ, ਮਾਵਾਂ ਵਰਗੀ ਹੁਣ ਮੈਂ ਤੇਰੀ ਭਾਬੀ ਆ, ਮੈਨੂੰ ਹੀ ਦੱਸੇਗੀ? ਭਾਬੀ ਗੱਲ ਤਾਂ ਐ ਸੀ, ਵੀਰੇ ਕੋਲ ਤਾਂ ਗੱਲ ਕਰੀ ਨਾ, ਹੈ ਮੁੰਡਾ ਪੜ੍ਹਦਾ ਮੇਰੇ ਨਾਲ ਕਾਲਜ ਚ। ਅੱਛਾ, ਤੇ ਨਾ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ। ਅੱਛਾ, ਤੂੰ ਹੁਣ ਏਡੀ ਹੋ ਗਈ ਪਸੰਦ ਵੀ ਕਰਨ ਲੱਗ ਗਈ? ਭਾਬੀ ਹੁਣ ਆਏ ਨਾਲ ਪੜ੍ਹਦੇ, ਪਸੰਦ ਤਾਂ ਹੁਣ ਆਈ ਜਾਂਦਾ ਹੁੰਦਾ, ਫਿਰ ਪਸੰਦ ਅਲੱਗ ਗੱਲ ਹੁੰਦੀ ਹੈ, ਮੇਰੀ ਗੱਲ ਸੁਣ, ਮਾਂ ਪਿਓ ਜਿੱਥੇ ਕਰਦਾ ਹੁੰਦਾ ਨਾ ਰਿਸ਼ਤਾ, ਧੀਆਂ ਉੱਥੇ ਸੌਖੀਆਂ ਵੱਸਦੀਆਂ ਹੁੰਦੀਆਂ। ਐ ਭਾਬੀ ਮੈਂ ਕਿਹੜਾ ਤੁਹਾਡੇ ਤੋਂ ਬਾਹਰ ਆ, ਮੈਂ ਤਾਂ ਤੁਹਾਨੂੰ ਗੱਲ ਦੱਸਦੀ ਹਾਂ। ਪਰ ਮੇਰੀ ਗੱਲ ਸੁਣੋ, ਅਸੀਂ ਤਾਂ ਇਹ ਗੱਲ ਕਦੇ ਸੋਚੀ ਵੀ ਨਹੀਂ ਸੀ ਵੀ ਸਾਡੀ ਕੁੜੀ ਵੀ ਆਹ ਚੱਕਰਾਂ ਚ ਪੈ ਜੂਗੀ। ਭਾਬੀ ਇਹ ਚੱਕਰਾਂ ਵਾਲੀ ਕਿਹੜੀ ਗੱਲ ਆ? ਚੱਲ ਕੋਈ ਨਾ, ਮੈਨੂੰ ਐਂ ਦੱਸ ਫਿਕਰ ਵਾਲੀ ਕੀ ਗੱਲ ਹੈ, ਉਹ ਵੀ ਦੱਸ ਮੈਨੂੰ। ਫਿਕਰ ਵਾਲੀ ਗੱਲ ਇਹ ਆ ਭਾਬੀ, ਉਹਦੇ ਦੋਸਤ ਨੇ ਵੀਰੇ ਦੇ ਨਾਲ ਦੇਖ ਲਿਆ ਸੀ ਮੈਨੂੰ। ਕਿਹਨੇ ਦੇਖ ਲਿਆ? ਇੰਦਰ ਨੇ। ਮੈਨੂੰ ਆਇਆ ਵੀ ਉਹ ਵੀਰੇ ਨੂੰ ਦੱਸੂਗਾ। ਇੰਦਰ ਤਾਂ ਹੁਣ ਪੱਕਾ ਹੀ ਦੱਸੂਗਾ, ਰੋਜ਼ ਤੜਕੇ ਆਥਣੇ ਆਉਂਦਾ ਘਰੇ, ਉਹ ਗੱਲ ਕਿਵੇਂ ਲੁਕੋ ਲੂਗਾ? ਬਾਕੀ ਤੈਨੂੰ ਵੀ ਉਹ ਭੈਣ ਹੀ ਸਮਝਦਾ। ਭਾਬੀ ਤੁਸੀਂ ਗੱਲ ਕਰ ਲਿਓ ਵੀਰੇ ਨਾਲ। ਕੋਈ ਨਾ, ਵੀਰੇ ਨਾਲ ਤਾਂ ਮੈਂ ਗੱਲ ਕਰ ਲੂੰਗੀ, ਤੂੰ ਅੰਦਰ ਚੱਲ, ਮੈਂ ਚਾਹ ਲਿਆਉਣੀ ਤੇਰੇ ਵਾਸਤੇ, ਨਾਲੇ ਇੰਨਾ ਨਾ ਲੇਟ ਨਾ ਹੋਇਆ ਕਰ। ਮੈਂ ਕਿਹੜਾ ਖੜੀ ਸੀ ਭਾਬੀ, ਕਿਤੇ ਨੀ ਖੜੀ ਗਈ, ਹੁਣ ਐਕਸਟਰਾ ਕਲਾਸਾਂ ਲੱਗਦੀਆਂ ਨਾ ਲੇਟ। ਚੱਲ ਕੋਈ ਨਾ, ਚੰਗਾ ਚੰਗਾ, ਚਾਹ ਬਣਾ ਦੀ। ਚਾਹ ਤਾਂ ਬਣਾਉਣੀ ਆ, ਜਿਹੜੇ ਹੋਰ ਵੱਢ ਬੀਜਦੀ ਆ ਉਹ ਵੀ ਚੁਗਣੇ ਹੀ ਪੈਣਗੇ, ਪਤਾ ਨੀ ਕਿਹੇ ਦੂ। ਹਾਂ ਪਈ ਆ ਮਾਂ। ਮਾਂ ਹਾਂ ਪੁੱਤ, ਤੂੰ ਕਿਵੇਂ ਅੰਦਰ ਜੇ ਬੜੀ ਪਈ ਅੱਜ?
ਬੇ ਮੈਂ ਤਾਂ ਨਾ ਪਹਿਲਾਂ ਤੈਨੂੰ ਡੀਕੀ ਗਈ ਕਿਹੜੇ ਵੇਲੇ ਹੋ ਗਏ ਟਾਈਮ ਪੀਸ ਤੇ ਪੀਸ ਹੈ ਤੇ ਦੇਖ ਲੈਂਦੀ ਹੈ ਟਾਈਮ ਫਿਰ ਅੰਦਰ ਵੜ ਜਾਂਦੀ ਹੈ ਵੀ ਆਇਆ ਕਾਹਤੋਂ ਨੀ ਕਿਹੜੇ ਵੇਲੇ ਦੀ ਤੈਨੂੰ ਛੁੱਟੀ ਮੇਰੀ ਆ ਓ ਮਾਂ ਅੱਜ ਮੇਰੇ ਦੋ ਲੈਕਚਰ ਜ਼ਿਆਦਾ ਲੱਗੇ ਹੈਗੇ ਤਾਂ ਕਰਕੇ ਮੈਨੂੰ ਟਾਈਮ ਲੱਗ ਗਿਆ ਲੇਟ ਹੋ ਗਿਆ ਮੈਂ ਪੁੱਤ ਫਿਰ ਮੈਂ ਤਾਂ ਅਣਪੜ੍ਹਾਂ ਮੈਨੂੰ ਤਾਂ ਨਹੀਂ ਪਤਾ ਫਿਰ ਤੂੰ ਮੈਨੂੰ ਦੱਸ ਜਾ ਕਰ ਕਰਕੇ ਜੇ ਜਾਣਾ ਹੁੰਦਾ ਵੀ ਅੱਜ ਮੈਂ ਲੇਟ ਆਊਂਗਾ ਓ ਮਾਂ ਉੱਥੇ ਜਾ ਕੇ ਕਿਹੜਾ ਪਤਾ ਲੱਗਦਾ ਕਈ ਵਾਰ ਲੈਕਚਰ ਲੱਗ ਗਏ ਨੇ ਕਈ ਵਾਰ ਨਹੀਂ ਲੈ ਰਹੇ ਤੂੰ ਐਂ ਦੱਸ ਦਵਾਈ ਲੈ ਲਈ ਫਿਰ ਮੈਂ ਗੋਲੀ ਤਾਂ ਲੈ ਲਈ ਮੈਂ ਹੁਣ ਠੀਕ ਹੈਗੀ ਚੱਲ ਹੁਣ ਨਹੀਂ ਮੈਂ ਦਵਾਈ ਲਿਆਉਂਦੀ ਹੈਗੀ ਫਿਰ ਦੇਖੂੰਗੀ ਜੇ ਫਿਰ ਬੁਖਾਰ ਹੋਇਆ ਚੱਲ ਕੇਰਾ ਤਾਂ ਹੁਣ ਠੀਕ ਹੈਗਾ ਹਾਂ ਕੇਰਾ ਠੀਕ ਚੱਲ ਜੇ ਲੱਗਿਆ ਤਾਂ ਤੂੰ ਮੈਨੂੰ ਦੱਸ ਦੇ ਮੈਂ ਦਵਾ ਦੇਵਾਂ ਦਵਾਈ ਠੀਕ ਹੈ ਮੈਨੂੰ ਤਾਂ ਐ ਹੋ ਗਿਆ ਕਿਹੜੇ ਵੇਲੇ ਹੋ ਗਏ ਪੁੱਤ ਮੋਟਰਸਾਈਕਲਾਂ ਤੇ ਚੜੇ ਤੁਰੇ ਫਿਰਦੇ ਹੋ ਮੈਨੂੰ ਤਾਂ ਉਹ ਗੱਲਾਂ ਤੋਂ ਡਰ ਲੱਗਦਾਗਾ ਓ ਮਾਂ ਮੇਰਾ ਕਿਹੜਾ ਅੱਜ ਕੱਲ ਦਾ ਕੰਮ ਹੈ ਕਿੰਨਾ ਟਾਈਮ ਹੋ ਗਿਆ ਮੈਨੂੰ ਕਾਲਜ ਤੇ ਲੱਗੇ ਨੂੰ ਹੋਰ ਰੋਜ਼ ਹੀ ਲੈ ਕੇ ਆਣਾ ਮੋਟਰਸਾਈਕਲ ਤੇ ਫਿਕਰ ਕਰਨ ਵਾਲੀ ਕਿਹੜੀ ਗੱਲ ਹੈ ਉਹ ਤਾਂ ਪੁੱਤ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਮੈਥੋਂ ਨਾ ਧੰਦੇ ਨਹੀਂ ਹੁੰਦੇ ਮੈਂ ਤਾਂ ਥੱਕੀ ਪਈ ਆ ਹੁਣ ਤੇਰੀ ਉਮਰ ਹੈ ਪੁੱਤ ਵਿਆਹ ਕਰਾਉਣ ਦੀ ਤੇ ਹੁਣ ਤੂੰ ਨਾ ਕੋਈ ਆਪਾਂ ਰਿਸ਼ਤੇ ਰੁਸ਼ਤੇ ਵਾਲਿਆਂ ਨੂੰ ਕਹੀਏ ਤੈਨੂੰ ਰਿਸ਼ਤਾ ਲੈ ਲਈਏ ਵਿਆਹ ਕਰਾ ਲੈ ਹੁਣ ਤੂੰ ਓ ਮਾਂ ਕਿਹੜੀਆਂ ਗੱਲਾਂ ਕਰੀ ਜਾਂਦੀ ਆ ਹਜੇ ਤਾਂ ਮੇਰੀ ਪੜ੍ਹਾਈ ਰਹਿੰਦੀ ਹੈ ਕੰਪਲੀਟ ਕਰਨ ਵਾਲੀ ਜਦੋਂ ਇਹ ਹੋਗੀ ਫੇਰ ਸੋਚੂਗਾ ਵਿਆਹ ਬਾਰੇ ਤਾਂ ਫਿਰ ਕੁੜੀ ਕਿਹੜਾ ਪੁੱਤ ਤੇਰੀਆਂ ਕਿਤਾਬਾਂ ਖੋਲੂਗੀ ਓ ਮਾਂ ਤੈਨੂੰ ਪਤਾ ਹੈਗਾ ਫਿਰ ਕਬੀਲਦਾਰੀ ਵੱਧ ਜਾਂਦੀ ਹੈ ਫਿਰ ਤਾਂ ਪੜ੍ਹਾਈ ਇੱਥੇ ਹੀ ਰਹਿ ਜਾਊਗੀ ਮੈਂ ਪੁੱਤ ਕੋਈ ਨਹੀਂ ਮੈਂ ਜਵਾਕ ਜੱਲਾ ਹੋ ਗਿਆ ਮੈਂ ਚੱਕ ਲਿਆ ਕਰੂੰ ਖੜਿਆ ਲਿਆ ਕਰੂੰਗੀ ਤੇ ਤੂੰ ਪੜ੍ਹਨ ਵਗ ਜਾ ਕਰੀ ਆਪਾਂ ਹੋਰ ਕੀ ਕਰਨਾ ਓ ਮਾਂ ਇਹ ਤਾਂ ਪਹਿਲਾਂ ਹੀ ਗੱਲਾਂ ਹੁੰਦੀਆਂ ਨੇ ਜਦੋਂ ਵਿਆਹ ਹੋ ਜਾਂਦਾ ਨਾ ਤਾਂ ਫਿਰ ਇਹ ਤੇਰੇ ਤੋਂ ਜਵਾਬ ਚੱਕ ਜਾਣ ਤੇ ਨਾ ਮੇਰੀਆਂ ਕਿਤਾਬਾਂ ਰਹਿਣ ਇੱਥੇ ਦੇਖ ਲੈ ਪੁੱਤ ਤੂੰ ਤਾਂ ਆਪਦੀਆਂ ਮਰਜ਼ੀਆਂ ਕਰਦਾ ਫਿਰਦਾ ਮੈਨੂੰ ਤਾਂ ਹੁਣ ਆਈ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਹੈ ਜੇ ਤੂੰ ਵਿਆਹ ਕਰਾ ਲੈਂਦਾ ਵੀ ਚੱਲ ਮੈਂ ਘਰੇ ਨਾ ਮੇਰਾ ਤਾਂ ਦਿਨ ਹੀ ਨਹੀਂ ਨਿਕਲਦਾ ਕੱਲੀ ਦਾ ਘਰੇ ਓ ਮਾਂ ਕੋਈ ਗੱਲ ਨਹੀਂ ਕਿਹੜਾ ਮੈਨੂੰ ਆ ਪੜ੍ਹਾਈ ਕੰਪਲੀਟ ਕਰ ਲੈਂਦੇ ਹੁਣ ਸਾਲ ਦੋ ਸਾਲ ਹੋਰ ਠਹਿਰ ਗਿਆ ਜਿੱਥੇ ਮੈਂ ਟਾਈਮ ਠਹਿਰ ਲਈ ਫਿਰ ਕਰਾ ਲੂੰਗਾ ਮੈਂ ਵਿਆਹ ਪੁੱਤ ਨੌਕਰੀਆਂ ਤਾਂ ਮਿਲ ਦੇਵਾਂ ਨਹੀਂ ਕੋ ਮਿਲ ਦੂਗੀ ਓ ਮਾਂ ਕਿਸਮਤ ਦਾ ਕੋਈ ਪਤਾ ਹੀ ਨਹੀਂ ਹੁੰਦਾ ਕਦੋਂ ਮੋੜ ਪੈ ਗਏ ਕਿਸਮਤ ਜੇ ਤਾਂ ਪੁੱਤ ਨੌਕਰੀ ਮਿਲ ਜੇਗੀ ਫਿਰ ਤਾਂ ਬੱਲੇ ਬੱਲੇ ਹੋ ਜੂ ਫਿਰ ਤਾਂ ਮੇਰੇ ਵਿਆਹ ਵੀ ਨਹੀਂ ਯਾਦ ਰਹਿਣੇ ਤੇ ਜੇ ਤੈਨੂੰ ਨੌਕਰੀ ਨਾ ਮਿਲੀ ਫਿਰ ਨਾ ਆਪਾਂ ਵਿਆਹ ਬੰਨਿਓ ਲੇਟ ਹੋ ਜਾਾਂਗੇ ਨਾ ਤੈਨੂੰ ਨੌਕਰੀ ਨਾ ਮਿਲੀ ਫਿਰ ਤਾਂ ਧੰਦੇ ਵੀ ਨਹੀਂ ਹੋਣੇ ਘਰ ਵਾਲੇ ਓ ਮਾਂ ਆਪਦੇ ਵੱਲੋਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਜਿੱਥੇ ਇੰਨਾ ਡਾਊਟ ਪਾ ਲਿਆ ਹੁਣ ਸਾਲ 6 ਮਹੀਨੇ ਹੋਰ ਦੇਖ ਲੈਣਾ ਬਾਕੀ ਉਹ ਪੋਸਟਾਂ ਦਾ ਭਰੀ ਜਾਂਦਾ ਕੀ ਪਤਾ ਕੋਈ ਨੌਕਰੀ ਵਧੀਆ ਮਿਲ ਜੇ ਚੱਲ 6 ਮਹੀਨਿਆਂ ਦੀ ਤਾਂ ਕੋਈ ਗੱਲ ਨਹੀਂ ਤੇਰੇ ਬੋਲ ਸਲੱਖਣਾ ਹੋਵੇ 6 ਮਹੀਨਿਆਂ ਦੀ ਤਾਂ ਕੋਈ ਗੱਲ ਨਹੀਂ ਹਾਂ ਤੇ ਦੁਆ ਦੱਸ ਰੋਟੀ ਪਕਾਈ ਪਈ ਹੈ ਹਾਂ ਰੋਟੀ ਪਕਾਈ ਪਈ ਚੱਲ ਮੈਂ ਹੀ ਖਾ ਲੈਣਾ ਤੂੰ ਪੈ ਜਾ ਇੱਥੇ ਘਰ ਲਾ ਚੰਗਾ ਖਾ ਲਾ ਲੈ ਜਦੋਂ ਆ ਜਾਂਦਾ ਹੈਗਾ ਘਰੇ ਜਦੋਂ ਨੇਰੇ ਤੋਂ ਚਾਨਣ ਹੋ ਜਾਂਦਾ ਹੈਗਾ ਮਾਵਾਂ ਨੂੰ ਤਾਂ ਡੀਕ ਹੀ ਇਹੋ ਜਿਹੀ ਹੈ ਪੁੱਤਾਂ ਦੀ ਜਦੋਂ ਵਗ ਜਾਂਦਾ ਤੜਕੇ ਤੋਂ 8 ਪਹਾੜੇ ਦਿਨ ਹੋ ਜਾਂਦਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਅੱਖਾਂ ਪੱਕ ਜਾਂਦੀਆਂ ਝਾਕ ਦੀਦੀਆਂ ਤੇ ਜਦੋਂ ਘਰੇ ਆ ਜਾਂਦਾ ਜਦੋਂ 4 ਗੱਲਾਂ ਕਰ ਲੈਂਦਾ ਕਾਲਜਾ ਠੱਜ ਜਾਂਦਾ ਪੁੱਤਾਂ ਤਾਂ ਚੀਜ਼ ਹੀ ਇਹੋ ਜਿਹੀ ਹੈ ਮਾਵਾਂ ਨੂੰ ਕੀ ਹੋ ਗਿਆ ਜੀ ਤੁਸੀਂ ਐ ਭੱਜੇ ਭੱਜੇ ਆਉਂਦੇ ਹੋ ਉਹ ਕੁੜੀ ਕਿੱਥੇ ਹੈ ਉਹ ਤਾਂ ਹੁਣੀ ਆਈ ਹੈ ਜੀ ਕਾਲਜ ਚੋਂ ਕਾਲਜ ਚੋਂ ਆਈ ਹੈ ਹਾਂਜੀ ਮੈਨੂੰ ਤਾਂ ਹੋਰ ਹੀ ਕੋਈ ਗੱਲ ਸੁਣੀ ਹੈ ਕੀ ਸੁਣੀ ਹੈ ਜੀ ਤੁਸੀਂ ਇਹੋ ਜੀ ਗੱਲ ਵੀ ਉਹ ਕਿਸੇ ਮੁੰਡੇ ਨਾਲ ਚੜ ਕੇ ਆਈ ਅੱਜ ਮੁੰਡੇ ਨਾਲ ਚੜ ਕੇ ਨਾ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਬਸ ਤੇ ਹੀ ਆਉਂਦੀ ਹੈ ਤਾਂ ਡੇਲੀ ਉਹ ਤੂੰ ਮੈਨੂੰ ਸੱਚੋ ਸੱਚੀ ਗੱਲ ਦੱਸ ਦੇ ਵੀ ਕੀ ਗੱਲ ਹੈ ਤੈਨੂੰ ਸਾਰੀ ਗੱਲ ਦਾ ਪਤਾ ਹੋਊਗਾ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸੁਣ ਉਹ ਹੀ ਬਹਿਮ ਪੈ ਗਿਆ ਉਹ ਮੈਨੂੰ ਇੰਦਰ ਨੇ ਦੱਸਿਆ ਯਾਰ ਨਹੀਂ ਜੀ ਉਹ ਗੱਪ ਮਾਰਦਾ ਹੋਊਗਾ ਓਏ ਅਗਲੇ ਨੂੰ ਗੱਪ ਮਾਰਨ ਦੀ ਕੀ ਲੋੜ ਹੈ ਜੀ ਅਗਲੇ ਨੇ ਦੇਖਿਆ ਫਿਰ ਦੱਸਿਆ ਮੈਨੂੰ ਪਤਾ ਨਹੀਂ ਜੀ ਮੈਨੂੰ ਕੁੜੀ ਆਈ ਏ ਤੈਨੂੰ ਕਿਹ ਗੱਲ ਦਾ ਪਤਾ ਤਾਂ ਨਹੀਂ ਨਾ ਜੀ ਮੈਨੂੰ ਨਹੀਂ ਪਤਾ ਜੇ ਤੈਨੂੰ ਕਿਹ ਗੱਲ ਦਾ ਪਤਾ ਹਿਸਾਬ ਲੈ ਤੇਰੇ ਲੱਤਾਂ ਤੋੜ ਦੂੰ ਮੈਂ ਕੀ ਹੋ ਗਿਆ ਵੀਰੇ ਤੂੰ ਦੱਸ ਕੁੜੀ ਆਈ ਅੱਜ ਕਿਵੇਂ ਚੜ ਕੇ ਆਈ ਇਹਨੂੰ ਮੈਂ ਕਿਹਦੇ ਨਾਲ ਚੜ ਕੇ ਆਉਣਾ ਸੀ ਵੀਰੇ ਮੈਨੂੰ ਸਾਰਾ ਪਤਾ ਲੱਗ ਗਿਆ ਤੂੰ ਕਿਹਦੇ ਚੜ ਕੇ ਆਈ ਅੱਜ ਮੋਟਰਸਾਈਕਲ ਤੇ ਉਹ ਨਹੀਂ ਵੀਰੇ ਮੇਰੀ ਬੱਸ ਨੰਗੀ ਸੀਗੀ ਮੈਂ ਨਾ ਲਿਫਟ ਲੈ ਕੇ ਆਈ ਆ ਮੁੰਡਾ ਕਾਲਜ 'ਚ ਪੜਦਾ ਮੈਨੂੰ ਜਾਣਦਾ ਹੁਣ ਤੈਨੂੰ ਕੋਈ ਜਾਣਨ ਵੀ ਲੱਗ ਗਿਆ ਜੇ ਤੈਨੂੰ ਮੈਂ 20 ਵਾਰੀ ਕਿਹਾ ਜੇ ਤੇਰੀ ਬੱਸ ਲੰਘੀ ਹੁੰਦੀ ਤੂੰ ਫੋਨ ਕਰਦਾ ਕਰ ਵੀਰੇ ਮੈਨੂੰ ਫੋਨ ਕਾਹ ਵਾਸਤੇ ਲੱਗ ਦਿੱਤਾ ਮੈਂ ਫੋਨ ਲਾਇਆ ਸੀ ਤੁਹਾਡਾ ਲੱਗਿਆ ਨਹੀਂ ਫੋਨ
ਫੋਨ ਨੂੰ ਕੀ ਗੋਲੀ ਵੱਜੀ ਹੈ ਜੇ ਲਾਇਆ ਹੋਊਗਾ ਫੇਰ ਹੀ ਲੱਗੂਗਾ ਰੇਂਜ ਤੋਂ ਬਾਹਰ ਹੋਈ ਜਾਂਦੇ ਗਰਮ ਕਾਹਤੋਂ ਹੋਈ ਜਾਂਦੇ ਜੀ ਚੁੱਪ ਕਰ ਮੈਂ ਲੱਤਾਂ ਤੋੜ ਦੂੰ ਤੇਰੀਆਂ ਤੈਨੂੰ ਨੀ ਪਤਾ ਲੱਗਾ ਵੀ ਕੀ ਗੱਲਾਂ ਹੋਈ ਜਾਂਦੇ ਬੜ ਗਿਆ ਚਲ ਜੀ ਮੇਰੀ ਗੱਲ ਸੁਣੋ ਮਾਫ ਕਰ ਦਿਓ ਚਲ ਕੋਈ ਨਾ ਗਲਤੀ ਹੋ ਗਈ ਕੋਈ ਮਾਫ ਆਈ ਗੱਲ ਨੀ ਹੈ ਠੀਕ ਹੈ ਇਦੋਂ ਮੁੜ ਕੇ ਕਿਤੇ ਕਾਲ ਚੀਜ਼ ਨੀ ਪੈਰ ਨੀ ਪਟਣਾ ਕਰੋ ਸਿਗੜਾ ਕੁੜੀ ਜਾ ਜਾ ਵੀਰੇ ਮੇਰੀ ਪੜ੍ਹਾਈ ਕੋਈ ਪੜ੍ਹਾਈ ਨੀ ਤੂੰ ਭੱਜ ਜਾ ਤੂੰ ਇਹਨੂੰ ਬਾਹਰ ਨੀ ਟੱਪਣ ਦੇਣਾ ਚੰਗਾ ਜੀ ਠੀਕ ਹੈ ਠੀਕ ਹੈ ਜੀ ਮੈਂ ਦੇਖ ਰਿਹਾ ਨੇ ਕੋਈ ਗੱਲਬਾਤ ਕਰਦਾ ਮੁੰਡੇ ਮੁੰਡੇ ਨਾਲ ਕਿਸੇ ਨੂੰ ਦੇਖ ਕੇ ਚੰਗਾ ਰਿਸ਼ਤਾ ਤੇ ਵਿਆਹ ਕਰਦੇ ਆ ਠੀਕ ਹੈ ਇੰਨੇ ਜਗ੍ਹਾ ਘਰ ਉਹਨੂੰ ਪੈਰ ਪੱਟਣ ਦੇਣਾ ਚੱਲ ਚੰਗਾ ਜੀ ਤੁਸੀਂ ਪਾਣੀ ਪੀ ਲਓ ਬਾਹਲੇ ਗਰਮ ਹੋਏ ਬੈਠੇ ਕੋਈ ਨਾ ਗਰਮ ਹੋਣ ਨੂੰ ਭਾਬੀ ਨੇ ਵੀ ਕੋਈ ਗੱਲ ਨੀ ਕਰੀ ਵੀਰੇ ਨਾਲ ਵੀਰੇ ਤਾਂ ਜਮਾ ਹੀ ਕਹਿੰਦਾ ਜਾਣਾ ਹੀ ਨੀ ਹੈਗਾ ਹੈਲੋ ਹੈਲੋ ਕਿੱਥੇ ਹੋ ਮੈਂ ਘਰ ਹੀ ਸੀਗਾ ਅੱਛਾ ਵੀਰੇ ਨੇ ਦੇਖੀ ਮੈਨੂੰ ਵੀਰੇ ਨੂੰ ਪਤਾ ਲੱਗ ਗਿਆ ਉਹਨੇ ਦੱਸਤਾ ਵੀਰੇ ਦੇ ਦੋਸਤ ਨੇ ਵੀਰੇ ਦੇ ਦੋਸਤ ਨੇ ਦੇਖ ਲਿਆ ਸੀ ਆਪਾਂ ਨੂੰ ਉਹਨੇ ਦੱਸਤਾ ਸਾਰਾ ਕੁਛ ਮੈਨੂੰ ਵੀਰਾ ਬਹੁਤ ਕੁਛ ਬੋਲਿਆ ਮੈਨੂੰ ਕਹਿੰਦਾ ਕਾਲਜ ਨੀ ਜਾਣਾ ਅੱਜ ਤੋਂ ਬਾਅਦ ਫਿਰ ਉਹਨਾਂ ਬਾਹਰ ਨਿਕਲੀ ਹੁਣ ਕੋਈ ਹੱਲ ਕਰੋ ਮੈਨੂੰ ਤਾਂ ਲੈ ਕੇ ਜਾਓ ਇੱਥੋਂ ਮੰਨਣਾ ਨੀ ਹੈਗਾ ਤਾਂ ਮੇਰਾ ਵਿਆਹ ਕਰਨ ਨੂੰ ਕਹਿੰਦੇ ਨੇ ਜੇ ਤੂੰ ਨਾ ਲੱਗ ਗਿਆ ਉਹਨਾਂ ਨੇ ਵਿਆਹ ਕਰ ਦੇਣੇ ਕਿਤੇ ਹੋਰ ਮੇਰਾ ਚਲੋ ਫਿਰ ਦੱਸੋ ਮੈਨੂੰ ਛੇਤੀ ਛੇਤੀ ਬਸ ਜਿਹੜਾ ਕੁਛ ਵੀ ਕਰਨਾ ਨਾ ਆਪਾਂ ਅੱਜ ਦੇ ਸਵੇਰ ਚ ਹੀ ਕਰ ਦੇਣਾ ਤੂੰ ਟੈਨਸ਼ਨ ਨਾ ਲੈ ਹਾਂਜੀ ਚਲੋ ਠੀਕ ਆ ਹਾਂ ਬਸ ਤੂੰ ਫੋਨ ਆਪਣੇ ਕੋਲੇ ਰੱਖ ਹਾਂਜੀ ਮੈਂ ਕਰਦੀ ਹਾਂ ਤਿਆਰੀ ਠੀਕ ਚਲੋ ਇਹ ਤਾਂ ਮੰਨ ਗਿਆ ਸ਼ੁਕਰ ਚੱਲ ਮੈਂ ਵੀ ਦੇਖਦੀ ਹਾਂ ਆਸਾ ਪਾਸਾ ਮੈਨੂੰ ਤਾਂ ਭਾਬੀ ਵੀ ਹੁਣ ਨਿਗਾਹ ਰੱਖੂਗੀ ਮੇਰੇ ਤੇ ਨਵਜੋਤ ਹਾਂ ਭਾਬੀ ਤੂੰ ਨਾਈਟ ਸੂਟ ਨਹੀਂ ਪਾਇਆ ਅੱਜ ਭਾਬੀ ਜੀ ਨਹੀਂ ਕਰਦਾ ਮੇਰਾ ਸੌ ਜਾ ਮੈਨੂੰ ਤਾਂ ਨੀਂਦ ਆਈ ਜਾਂਦੀ ਚੱਲ ਚੰਗਾ ਭਲੇ ਆ ਜਾਓਗੇ ਤੈਨੂੰ ਨੀਂਦ ਆਏ ਆਹੋ ਆ ਜਾਓ ਸੌ ਜਾ ਚੰਗਾ ਓਕੇ ਗੁੱਡ ਨਾਈਟ ਗੁੱਡ ਨਾਈਟ ਸਪਨਾ ਆਉਂਦਾ ਹੈ ਭਾਬੀ ਰੋਜ ਬਣਾਉਂਦੀ ਅੱਜ ਮੈਂ ਬਣਾ ਲੈਂਦੀ ਹਾਂ ਚਾਹ ਬਣਾਉਂਦੀ ਹੋਰ ਕਿੱਧਰ ਜਾਣਾ ਚੱਲ ਚੰਗਾ ਜੀ ਤੁਸੀਂ ਵੀ ਮੂੰਹ ਧੋ ਲਓ ਧੋਣਾ ਬਸ ਚਾਹ ਬਣਾ ਕੇ ਲਿਆ ਪਹਿਲਾਂ ਮੇਰੀ ਗੱਲ ਸੁਣੇ ਜੀ ਕੀ ਹੋ ਗਿਆ ਤੁਸੀਂ ਬਾਹਰ ਤਾਂ ਨਹੀਂ ਗਏ ਬਾਹਰ ਨਾ ਕਿਸੇ ਬਾਹਰ ਜਾਓ ਬੈਠਾ ਇੱਥੇ ਵੱਡੇ ਗੇਟ ਦੀ ਤਾਕੀ ਖੁੱਲੀ ਵੀ ਅਤੇ ਨਾਲੇ ਨਵਜੋ ਪੈ ਨਹੀਂ ਕਰੇ ਉਹ ਇੱਧਰ ਦੇਖ ਲਾ ਬਾਥਰੂਮ ਚ ਇੱਧਰ ਮੈਂ ਸਾਰੇ ਕਿਤੇ ਦੇਖਿਆ ਜੀ ਵਾਸ਼ ਕਰਨੀ ਵੀ ਉਹਦੀ ਕਿਹੜ ਜੀ ਪਈ ਸੀ ਹੈ ਨਹੀਂ ਜੀ ਆਵੇ ਕੋ ਕੁਰਸੀ ਜਮੀ ਖਾਲੀ ਪਈ ਹੈ ਤਾਂ ਫਿਰ ਉਹੀ ਗੱਲ ਕਰਤੀ ਹੋਏ ਨਾ ਭਾਗੀ ਹੋਏ ਸਾਨੂੰ
ਨਹੀਂ ਕਿਵੇਂ ਜਾ ਸਕਦੀ ਹੈ ਜੀ? ਕੋਈ ਤੁਸੀਂ ਮਾੜੇ ਲਫ਼ਜ਼ ਕੱਢੀ ਐ ਮੇਰੇ ਮੂੰਹ ਚੋਂ, ਸਾਰਾ ਕਰਾ ਕਰਾ ਤੇ ਲੈ ਖੱਪ ਨਹੀਂ ਲੱਗਿਆ ਤੇ ਕੋਲ ਪਈ ਸੀ ਉਹ ਕੋਈ ਆਖੀ ਨਹੀਂ ਲੱਗ ਰਹੀ ਤੀਕਰ ਤੇ ਮੈਨੂੰ ਜੀ ਨੀਂਦ ਆ ਗਈ ਪੱਕੀ ਵੀ ਸੀ ਮੈਂ ਹੁਣ ਸੋਈ ਚੱਲ ਸਾਰੀ ਉਮਰ ਲਈ ਸਾਨੂੰ ਬਾਤ ਦੇ ਹੁਣ ਫਿਰ ਜੀ ਮੇਰਾ ਕੀ ਕਸੂਰ ਹੈ? ਸਾਰਾ ਕਸੂਰ ਹੀ ਤੇ ਹੈ ਮੈਂ ਤੈਨੂੰ ਤਾਂ ਦੱਸਤੀ ਉਹ ਆਪਣੇ ਨਾਲ ਮਰ ਗਈ ਆਪਾਂ ਉਹਦੇ ਨਾਲ ਮਰ ਗਏ ਹੁਣ ਜੇ ਕਿਤੇ ਤੂੰ ਉਹਨਾਂ ਕੋਲ ਦੰਦ ਕਰਦੀ ਨੂੰ ਥਿਆ ਕਿਤੇ ਮੈਂ ਲੱਤਾਂ ਵੜੂ ਮੈਂ ਕਿਹੋ ਜੀ ਗੱਲ ਕਰੂੰਗੀ ਨਾਲੇ ਤਾਂ ਆਪਣੀ ਬੇਇੱਜ਼ਤੀ ਕਰਦੀ ਮੈਂ ਕੱਲ੍ਹ ਕਰੀ ਚੱਲੂੰਗੀ ਹਜੇ ਵੀ ਉਹ ਤੁਹਾਡੀ ਬੁੜੀ ਜਾਤ ਹੀ ਆਈ ਹੁੰਦੀ ਹੈ ਮੁੜ ਕੇ ਤੈਨੂੰ ਫੋਨ ਲਾਊਗੀ ਉਹਨੂੰ ਮੇਰੇ ਤੋਂ ਆਹ ਪਤਾ ਵੀ ਮੇਰੇ ਲੱਤਾਂ ਵੜੂੰਗਾ ਬਾਈ ਤੂੰ ਹੀ ਟਾਲਾ ਹੋਏਗਾ ਮੇਰੇ ਨਾਲ ਦੀ ਜੰਮੀ ਕੋਈ ਨਾ ਮੇਰੇ ਨਾਲ ਦੀ ਜੰਮੀ ਉਹਨਾਂ ਨਾਲ ਦੀ ਜੰਮੀ ਜਿੱਦਾਂ ਮੈਂ ਮਿਲ ਗਿਆ ਵੱਢੂਗਾ ਉਹਨੂੰ ਠੀਕ ਹੈ ਤੈਨੂੰ ਹੁਣ ਮੈਂ ਗੱਲ ਦੱਸਦੀ ਉਹ ਆਪਣੇ ਵੱਲੋਂ ਮਰ ਗਈ ਆਪਾਂ ਉਹਨੇ ਵੱਲੋਂ ਮਰ ਗਏ ਘਰੇ ਵਾੜੀ ਚੱਲੂਗੀ ਜੀ ਜਦੋਂ ਉਹਨੇ ਆਪਦੇ ਇੱਕ ਭਰਾ ਕੰਨੀ ਵੀ ਨੀ ਸੋਚਿਆ ਉਹਨੇ ਐ ਤਾਂ ਸੋਚਣਾ ਸੀ ਵੀ ਮੇਰਾ ਭਰਾ ਮੇਰੇ ਲਈ ਕੀ ਕੁਛ ਕਰਦਾ ਸੀ ਚਲੋ ਉਹਨੇ ਜਿਹੜਾ ਕੁਛ ਕਰਨਾ ਸੀ ਕਰਤਾ ਠੀਕ ਆ ਆਪਾਂ ਉਹਨੇ ਵੱਲੋਂ ਮਰ ਗਏ ਉਹ ਆਪਣੇ ਵੱਲੋਂ ਮਰ ਗਈ ਮੈਂ ਚਾਹ ਬਣਾ ਕੇ ਲਿਆਵਾਂ ਜੀ ਉਹ ਚਾਹ ਕਿੱਥੋਂ ਲੰਘਦੀ ਹੈ ਚਾਹ ਤਾਂ ਉਹਨੇ ਸੱਚ ਪਾਤੀ ਆਪਣੇ ਮੇਰੀ ਗੱਲ ਸੁਣੋ ਜੀ ਤੁਸੀਂ ਸ਼ਾਂਤ ਹੋ ਜਾਓ ਇੰਨਾ ਘਬਰਾ ਹੋਣਾ ਤੇ ਨਾਲੇ ਨਾ ਬਾਪੂ ਜੀ ਨੂੰ ਹੌਲੀ ਹੌਲੀ ਦੱਸਿਓ ਵੱਡਾ ਸਰੀਰ ਆ ਉਹਨਾਂ ਦਾ ਬਜ਼ੁਰਗ ਆ ਉਹ ਤੁਹਾਨੂੰ ਪਤਾ ਹੈ ਮੈਂ ਕੀ ਦੱਸਾਂ ਬਾਪੂ ਨੂੰ ਕੀ ਪਤਾ ਯਾਰ ਕੀ ਕਰਾਂ ਬਾਪੂ ਨੂੰ ਦੱਸੇ ਬਿਨਾਂ ਵੀ ਨਹੀਂ ਸਰਦਾ ਦੱਸਣਾ ਤਾਂ ਪਊਗਾ ਚੱਲ ਮੈਂ ਕਰਦਾ ਬਾਪੂ ਨਾਲ ਗੱਲ ਉਹ ਤਾਂ ਮੇਰੀ ਗੱਲ ਸੁਣੋ ਜੀ ਆਪਣੇ ਬਾਰੇ ਨਾ ਕੋੜੀ ਨੇ ਜਮਾਂ ਹੀ ਨਹੀਂ ਸੋਚਿਆ ਮਾਂ ਪਿਓ ਆਪਾਂ ਹੀ ਸੀ ਉਹਦੇ ਤੇ ਆਪਣੇ ਸਿਰ ਵੀ ਖੇ ਪਾ ਗਈ ਉਹਨੇ ਤਾਂ ਪਾਈ ਦਿੱਤੀ ਕਿ ਚੱਲ ਮੈਂ ਬਾਪੂ ਨਾਲ ਗੱਲ ਕਰਦਾ ਯਾਰ ਤੈਨੂੰ ਐ ਕਹਿਣਾ ਸੀਗਾ ਵੀ ਨਵਜੋਤ ਜ਼ਿਆਦਾ ਆਖੀ ਜਾਂਦੀ ਸੀਗੀ ਵੀ ਮਾਂ ਦੇ ਭਰਾ ਦੇ ਰੱਖੜੀ ਬੰਨ ਕੇ ਆਉਣੀ ਹੈ ਤੇ ਮੈਂ ਵੀ ਇਹੀ ਸੋਚਿਆ ਸੀ ਵੀ ਚੱਲ ਇਹਨੂੰ ਮੈਂ ਘਰ ਆਉਣਾ ਹੈਗਾ ਤੇ ਅੱਗੇ ਮੈਂ ਲੰਘ ਜਾਵਾਂ ਸ਼ਹਿਰ ਬਾਰ ਤੇ ਆਉਣ ਲੱਗਿਆ ਇਹਨੂੰ ਵਾਪਸ ਨਾਲ ਲੈ ਆਊਂਗਾ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਨਾ ਜਾਈਂ ਜਦੋਂ ਹੁਣ ਤੂੰ ਗਿਆ ਨਹੀਂ ਆਇਆ ਨਹੀਂ ਪਹਿਲਾਂ ਤੁਸੀਂ ਕਿਹੜਾ ਇਹਨਾਂ ਨੇ ਵਿਆਹ ਕਰਕੇ ਤੋਰੀ ਹੈ ਤੇ ਤੂੰ ਘਰੇ ਨਾ ਜਾਈਂ ਤੇ ਇਹਨੂੰ ਉਤਾਰ ਕੇ ਵਾਪਸ ਮੁੜਾਈ ਹਾਂ ਹਾਂ ਮਾਂ ਮੈਂ ਵੀ ਇਹੀ ਸੋਚਿਆ ਗਾ ਵੀ ਇਹਨੂੰ ਬਾਹਰ ਹੀ ਤਾਰ ਜੂਆਂ ਤੇ ਆਉਣ ਲੱਗਿਆ ਇਹਨੂੰ ਪਹਿਲਾਂ ਫੋਨ ਕਰ ਲੂੰ ਤੇ ਵਾਪਸ ਨਾਲ ਚੜਾ ਲਿਆਉਂ ਹਾਂ ਐਂ ਕਰਿਓ ਕੋਈ ਨਹੀਂ ਮਾਂ ਐਂ ਕਰਾਂਗੇ ਸੀ ਆਹੋ ਵਗ ਜਾ ਮੈਂ ਇਹਨਾਂ ਨੂੰ ਕਿਹਾ ਸੀ ਵੀ ਅੰਦਰ ਨਾ ਜਾਏ ਤੁਸੀਂ ਹਾਂ ਵਗ ਜਾ ਕਹਾਣੀ ਤਾਂ ਵੱਡੀ ਹੈ ਭਾਈ ਅਗਲੇ ਨੂੰ ਕਿਵੇਂ ਚੰਗੀ ਲੱਗੂ ਚੱਲ ਇਹ ਤਾਂ ਇੱਥੇ ਤਾਰ ਗਏ ਮੈਂ ਤਾਂ ਇੱਥੇ ਕਿਹਾ ਸੀਗਾ ਪਰ ਆਇਆ ਆ ਤਾਂ ਗਈ ਮੈਂ ਇੱਥੋਂ ਤੱਕ ਪਰ ਘਰੇ ਵੀਰਾ ਵੜ ਨਹੀਂ ਦਿੰਦਾ ਮੈਨੂੰ ਪਤਾ ਐ ਨੀ ਪਤਾ ਮੈਨੂੰ ਊਂ ਹੀ ਵੱਢ ਦੇ ਚੱਲ ਭਾਬੀ ਨਾਲ ਗੱਲ ਕਰਕੇ ਦੇਖਦੇ ਆ ਭਾਬੀ ਤਾਂ ਸਮਝੂਗੀ ਗੁੱਡੀ ਤੂੰ ਗਲਤ ਪਤੇ ਤੇ ਆ ਗਈ ਵੀਰਾ ਕਿੱਥੇ ਭਾਬੀ ਇੱਥੇ ਕੋਈ ਤੇਰਾ ਵੀਰਾ ਵੂਰਾ ਨਹੀਂ ਰਹਿੰਦਾ
ਇੱਧਰ ਕੀ ਦੇਖਦੀ ਹੈ ਔਰ ਆ ਉੱਧਰ ਨੂੰ ਹੈ ਭਾਬੀ ਐਂ ਕਾਹ ਤੋਂ ਕਰਦੀ ਮੈਂ ਕੋਈ ਤੇਰੀ ਭਾਬੀ ਭੂਬੀ ਨਹੀਂ ਨਾ ਹੀ ਮੇਰੇ ਕੋਈ ਨੰਦ ਹੈ ਤੇ ਨਹੀਂ ਮੈਂ ਕਿਸੇ ਦੀ ਭਾਬੀ ਹੈ ਭਾਬੀ ਅੱਜ ਲੱਖੜੀ ਆ ਸੁਣਦੇ ਨੀ ਕੁੜੀਏ ਇੱਥੇ ਖੜ ਜਾ ਮੇਰੇ ਬਾਹਰ ਘਰੇ ਪੈਰ ਨਾ ਪਾਈ ਮੇਰੇ ਮੈਂ ਤੈਨੂੰ ਕੀ ਕਹਿਆ ਕੁੜੀਏ ਮੇਰੇ ਘਰੇ ਪੈਰ ਨਾ ਪਾਈ ਜਿਹੜੇ ਮੂੰਹ ਆਈ ਉਹੀ ਮੂੰਹ ਵਗ ਜਾ ਵੀਰੇ ਮੇਰੀ ਗੱਲ ਤਾਂ ਸੁਣ ਲੈ ਤੇਰੀ ਕੀ ਗੱਲ ਸੁਣੋ ਤੇਰੀ ਗੁੱਟ ਸੁਣਨਾ ਤੇਰਾ ਮੇਰਾ ਗੁੱਟ ਤਾਂ ਉਦੀ ਬਾਈ ਸੁਣਨਾ ਹੋ ਗਿਆ ਸੀ ਜਿੱਦੇ ਤੂੰ ਸਾਡੇ ਘਰੇ ਪੈਰ ਪੱਟ ਗਈ ਸੀ ਹੁਣ ਤਾਂ ਇਹ ਉਮਰ ਭਰ ਸੁਣਨਾ ਹੀ ਰਹੂਗਾ ਨਹੀਂ ਤਾਂ ਇਹਦੇ ਕੋਈ ਭੈਣ ਹੈ ਸਾਡੇ ਕੋਈ ਭੈਣ ਨਹੀਂ ਮੇਰੇ ਠੀਕ ਹੈ ਮੇਰੇ ਵੇਲੇ ਤਾਂ ਉਦੀ ਮਰ ਗਈ ਸੀ ਤੂੰ ਤੇ ਜੇ ਰਾਹ ਆਈ ਹੈ ਉਹੀ ਰਾਹ ਵਗ ਜਾ ਵੀਰੇ ਇੱਕ ਵਾਰੀ ਮਾਫ ਕਰ ਦੇ ਕੋਈ ਮਾਫ ਨਹੀਂ ਕਰਦਾ ਮੈਂ ਜਿਹੜੇ ਰਾਹ ਆਈ ਉਹੀ ਰਾਹ ਵਗ ਜਾ ਤੈਨੂੰ ਕਿਹੜੀ ਚੀਜ਼ ਦੀ ਕਮੀ ਸੀ ਤੂੰ ਆ ਜਾ ਵੀਰ ਦਾ ਸਿਰ ਸੁਆ ਪਾ ਗਈ ਜਾ ਜਾ ਆਪਣਾ ਭਾਈ ਅਸੀਂ ਖੋਲ ਦਾ ਬਾਹਰ ਜਾ ਨਾ ਨਾ ਮੈਂ ਕਿਸੇ ਦੀ ਭਾਬੀ ਭੂਬੀ ਨਹੀਂ ਚਾਹ ਚੱਲ ਕੁੜੀ ਗੱਲ ਸੁਣ ਸਾਡੇ ਘਰੇ ਉਹੀ ਚਾਹ ਨਹੀਂ ਲੱਗਦਾ ਮੈਂ ਤੈਨੂੰ ਕਿਹੜਾ ਮੈਂ ਪੜਾ ਦਾ ਨਹੀਂ ਰੱਖੜੀ ਜਾ ਤੂੰ ਜਿੰਨੇ ਪੈਰ ਆਈ ਉਹਨੇ ਪੈਰ ਮੋੜ ਲਿਆ ਵੀਰੇ ਵੀਰੇ ਖੋਲ ਦੇ ਗੇਟ ਐਂ ਕਾਹਤੋਂ ਕਰਦੇ ਆ ਭਾਬੀ ਵੀਰੇ ਖੋਲ ਦੇ ਗੇਟ ਇੱਕ ਵਾਰੀ ਲੱਕੜੀ ਬਣਾ ਲਾ ਵੀਰ ਬਣ ਕੇ ਜੇ ਮੈਂ ਉਹ ਗਲਤੀ ਨਾ ਕਰਦੀ ਅੱਜ ਮੇਰੇ ਵੀਰ ਦਾ ਗੁੱਟ ਸੁਣਨਾ ਨਾ ਰਹਿੰਦਾ ਮੈਂ ਲੱਕੜੀ ਬੰਨਦੀ ਹਰੇਕ ਕੁੜੀ ਨੂੰ ਇਹੀ ਕਹਿੰਦੀ ਆ ਵੀ ਕਦੇ ਏਦਾਂ ਦੀ ਗਲਤੀ ਨਾ ਕਰੋ ਘਰੋਂ ਭੱਜ ਕੇ ਭਰਾਵਾਂ ਨਾਲ ਸੀਰ ਟੁੱਟ ਜਾਂਦੇ ਨੇ ਮੈਥੋਂ ਗਲਤੀ ਹੋਈ ਆ ਸਜ਼ਾ ਵੀ ਮੈਨੂੰ ਮਿਲੀ ਹੈ ਵੀਰੇ ਮਾਫ ਕਰ ਦੇ ਵੀਰੇ ਇੱਕ ਵਾਰੀ